ਸਾਸੀ ਕਾਲ ਜੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਨੇ ਅਤੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬੀਆਂ ਨੂੰ ਪੰਜਾਬ 'ਚ ਵੱਸਣ ਵਾਲੇ ਸਾਰੇ ਪੰਜਾਬੀਆਂ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਮੈਂ ਮੁਬਾਰਕਬਾਦ ਦਿੰਦਾ ਹਾਂ ਦੇਸ਼ ਨੂੰ ਆਜ਼ਾਦੀ ਜਿਹੜੀ ਹੈ ਉਹ ਇੰਨੀ ਸੌਖੀ ਨਹੀਂ ਮਿਲੀ ਇਸ ਆਜ਼ਾਦੀ ਲਈ ਲੱਖਾਂ ਹੀ ਦੇਸ਼ ਭਗਤ ਸਪੂਤਾ ਨੇ ਮਹਾਨ ਸਪੂਤਾ ਨੇ ਆਪਣਾ ਖੂਨ ਡੋਲਿਆ ਇਸ ਆਜ਼ਾਦੀ ਲਈ ਬਹੁਤ ਸੰਘਰਸ਼ ਕਰਨਾ ਪਿਆ ਹਜ਼ਾਰਾਂ ਦੇਸ਼ ਭਗਤਾਂ ਯੋਧਿਆਂ ਉਹਨਾਂ ਨੇ ਆਪਣਾ ਖੂਨ ਦਿੱਤਾ ਫਾਂਸੀਆਂ ਦੇ ਰੱਸੇ ਚੁੰਮੇ ਕੁਰਬਾਨੀਆਂ ਦਿੱਤੀਆਂ ਤੇ ਫੇਰ ਕਿਤੇ ਜਾ ਕੇ ਸਾਨੂੰ ਆਜ਼ਾਦੀ ਮਿਲੀ ਹੈ ਇਹਨਾਂ ਕੁਰਬਾਨੀਆਂ ਦੇਣ ਵਾਲਿਆਂ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬੀ ਸੀ ਜਿੱਥੇ ਅੱਜ ਦੇ ਦਿਨ ਦੇਸ਼ ਨੂੰ ਆਜ਼ਾਦੀ ਦੇ ਬਰੇ ਤੌਰ ਤੇ 75ਵੇਂ ਆਜ਼ਾਦੀ ਦੇ ਬਰੇ ਤੌਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਜਦੋਂ ਸਾਨੂੰ ਆਜ਼ਾਦੀ ਮਿਲੀ ਤਾਂ ਦੇਸ਼ ਦੀ ਵੰਡ ਦਾ ਜਿਹੜਾ ਸੰਤਾਪ ਹੈ ਉਹ ਵੀ ਬਹੁਤ ਵੱਡੀ ਗਿਣਤੀ ਚ ਲੋਕਾਂ ਨੇ ਹੰਡਾਇਆ ਖਾਸ ਤੌਰ ਤੇ ਇਹਦਾ ਅਸਰ ਪੰਜਾਬ ਅਤੇ ਪੰਜਾਬੀਆਂ ਤੇ ਹੋਇਆ ਪੰਜਾਬੀਆਂ ਨੇ ਇਸ ਵੰਡ ਕਰਕੇ ਸਭ ਤੋਂ ਜ਼ਿਆਦਾ ਦੁੱਖ ਚੱਲੇ ਤੇ ਬਹੁਤ ਹੀ ਸੰਘਰਸ਼ ਕੀਤਾ ਆਪਣੀ ਜ਼ਿੰਦਗੀ ਨੂੰ ਦੁਬਾਰਾ ਲਈ ਤੇ ਲੈ ਕੇ ਆਉਣ ਲਈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜਾਬੀਆਂ ਨੇ ਹਮੇਸ਼ਾ ਸਰਬੱਤ ਦਾ ਭਲਾ ਮੰਗਿਆ ਤੇ ਜਬਰਤ ਦੇ ਜ਼ੁਲਮ ਦੇ ਖਿਲਾਫ ਲੜਨ ਦੀ ਜਿਹੜੀ ਗੁੜਤੀ ਹੈ ਉਹ ਵੀ ਸਾਨੂੰ ਸਾਡੇ ਗੁਰੂਆਂ ਤੋਂ ਸਾਡੇ ਸ਼ਹੀਦਾਂ ਤੋਂ ਵਿਰਾਸਤ ਵਿੱਚ ਵਿਰਸੇ ਵਿੱਚ ਮਿਲੀ ਹੈ ਇਹਨਾਂ ਕੁਰਬਾਨੀਆਂ ਨੂੰ ਦੇਸ਼ ਦੀ ਲੜਾਈ ਦੇ ਵਿੱਚ ਇੱਕ ਨਵੀਂ ਰੂਹ ਦੇ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹਨਾਂ ਕੁਰਬਾਨੀਆਂ ਨੇ ਨਵੀਂ ਰੂਹ ਫੂਕੀ ਉਹਦੇ ਵਿੱਚ ਜਲਿਆਂਵਾਲੇ ਬਾਗ ਦਾ ਸਾਕਾ ਹੋਵੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੀ ਹੱਸ ਹੱਸ ਕੇ ਦਿੱਤੀ ਹੋਈ ਕੁਰਬਾਨੀ ਹੋਵੇ ਉਹਦੇ ਨਾਲ ਅੰਗਰੇਜ਼ੀ ਹਕੂਮਤ ਦੀਆਂ ਜਿਹੜੀਆਂ ਜੜਾਂ ਹਿੱਲ ਗਈਆਂ ਸੀ ਸੋ ਦੇਸ਼ ਭਗਤੀ ਦਾ ਜਜ਼ਬਾ ਪੰਜਾਬੀਆਂ ਨੂੰ ਵਿਰਸੇ 'ਚ ਮਿਲਿਆ ਇਹੀ ਕਾਰਨ ਹੈ ਕਿ ਅੱਜ ਦੇਸ਼ ਦੀਆਂ ਸਰਹੱਦਾਂ ਤੇ ਇਸ ਆਜ਼ਾਦੀ ਦੀ ਰਾਖੀ ਲਈ ਵੀ ਸਭ ਤੋਂ ਜ਼ਿਆਦਾ ਪੰਜਾਬੀ ਜਿਹੜੇ ਨੇ ਉਹ ਬਾਰਡਰਾਂ ਤੇ ਆਪਣੇ ਸੀਨੇ ਤਾਣੀ ਖੜੇ ਨੇ ਜੇ ਦੁਸ਼ਮਣ ਵੱਲੋਂ ਦੇਸ਼ ਲਈ ਕੋਈ ਗੋਲੀ ਆਉਂਦੀ ਹੈ ਸਭ ਤੋਂ ਪਹਿਲਾਂ ਪੰਜਾਬੀਆਂ ਦਾ ਸੀਨਾ ਉਸ ਗੋਲੀ ਦੇ ਸਾਹਮਣੇ ਹੁੰਦਾ ਹੈ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਭਰੋਸਾ ਦਿਵਾਉਣਾ ਕਿ ਆਪਾਂ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਨਾਲ-ਨਾਲ ਅਮਨ ਤੇ ਭਾਈਚਾਰਕ ਸਾਂਝ ਵੀ ਕਾਇਮ ਰੱਖਣੀ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਮਹਾਨ ਦੇਸ਼ ਭਗਤਾ ਨੇ ਗਰੀਬੀ ਅਨਪੜਤਾ ਬੇਰੁਜ਼ਗਾਰੀ ਮਹਿੰਗਾਈ ਸਮਾਜਿਕ ਨਾਬਰਾਬਰੀ ਇਹਨਾਂ ਸਾਰੀਆਂ ਅਲਮਤਾਂ ਨੂੰ ਦੇਸ਼ ਤੋਂ ਮੁਕਤ ਕਰਨ ਦਾ ਸੁਪਨਾ ਲਿਆ ਸੀ ਪਰ ਕਿਤੇ ਨਾ ਕਿਤੇ ਅੱਜ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ 75 ਸਾਲਾਂ ਬਾਅਦ ਵੀ ਅਸੀਂ ਇਹਨਾਂ ਅਲਮਤਾਂ ਨਾਲ ਹਜੇ ਜੂਝ ਰਹੇ ਹਾਂ ਤੇ ਆਪਾਂ ਨੂੰ ਇਕੱਠੇ ਹੋ ਕੇ ਇਹਨਾਂ ਅਲਮਤਾਂ ਨੂੰ ਦੂਰ ਕਰਨਾ ਪਊਗਾ ਤਾਂ ਸਾਡੇ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹਦੀ ਮਹਿਗਾਪਾ ਮੰਨ ਸਕਦੇ ਆ ਜਿਹੜੇ ਸਾਡੇ ਸੂਬੇ ਦੇ ਕਿਸਾਨ ਨੇ ਉਹਨਾਂ ਨੇ ਮਿਹਨਤ ਕਰਕੇ ਦੇਸ਼ ਦੇ ਅਨਾਜ ਭੰਡਾਰ ਜਿਹੜੇ ਨੇ ਉਹ ਭਰੇ ਸਭ ਤੋਂ ਵੱਡਾ ਯੋਗਦਾਨ ਸੈਂਟਰ ਪੂਲ ਦੇ ਵਿੱਚ ਅਨਾਜ ਭੰਡਾਰ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੇ ਪਾਇਆ ਭਾਵੇਂ ਕਿ ਹਰੀ ਕ੍ਰਾਂਤੀ ਨੇ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਕਰਤਾ ਪਰ ਉਹਦੇ ਬਦਲੇ ਅਸੀਂ ਬੌਧਿਕ ਕੀਮਤੀ ਕੁਦਰਤੀ ਸੌਮਿਆ ਪਾਣੀ ਅਤੇ ਜ਼ਮੀਨ ਦੀ ਪਾਉਸ਼ ਉਪਜਾਊ ਸ਼ਕਤੀ ਨੂੰ ਵੀ ਜਿਹੜਾ ਉਹ ਕੁਰਬਾਨ ਕਰਦਾ ਕਿ ਦੇਸ਼ ਨਹੀਂ ਭੁੱਖਾ ਮਰਨ ਦੇਣਾ ਸੀ ਸੋ ਪੰਜਾਬੀ ਜਿਹੜੇ ਨੇ ਉਹ ਭਾਵੇਂ ਦੇਸ਼ ਦੀ ਆਜ਼ਾਦੀ ਲਿਆਉਣ ਦੇ ਵਿੱਚ ਉਸ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਤੇ ਦੇਸ਼ ਨੂੰ ਖੁਰਾਕ ਪੱਖੋਂ ਆਤਮ ਨਿਰਭਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਰਹੇ ਨੇ ਪਰ ਖੇਤੀ ਅੱਜਕੱਲ੍ਹ ਲਾਹੇਵੰਤੰ ਦਾ ਨਹੀਂ ਰਹੇਗੀ ਇੱਕ ਮਜਬੂਰੀ ਦਾ ਧੰਦਾ ਬਣ ਗਈ ਕਿ ਜੇ ਕੁਝ ਹੋਰ ਨਹੀਂ ਕਰਨਾ ਚਾਹ ਲੋ ਖੇਤੀ ਕਰ ਲੈਣੇ ਜਦ ਕੇ ਬਾਣੀ ਦੇ ਵਿੱਚ ਲਿਖਿਆ ਹੈ ਉੱਤਮ ਖੇਤੀ ਮੱਦਮ ਵਪਾਰ ਨਖਿੱਧ ਚਾੱਕਰੀ ਖੇਤੀ ਨੂੰ ਸਭ ਤੋਂ ਉੱਚਾ ਦਰਜਾ ਜਦ ਕੇ ਹੁਣ ਉਲਟ ਹੋ ਗਿਆ ਅਸੀਂ ਨੌਕਰੀ ਲਈ ਜ਼ਮੀਨ ਵਿੱਚ ਨੂੰ ਤਿਆਰ ਸੋ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਖੇਤੀ ਨੂੰ ਦੁਬਾਰਾ ਲਾਹੇਵੰਦ ਧੰਦਾ ਬਣਾਈਏ। ਤੇ ਸਾਡਾ ਜਿਹੜਾ ਕਿਸਾਨ ਹੈ ਉਹ ਦਮਾਮੇ ਮਾਰਦਾ ਮੇਲੇ ਜਾਵੇ। ਤੇ ਅਸੀਂ ਤਰਜੀਹ ਦੇਵਾਂਗੇ ਕਿ ਨਵੀਆਂ-ਨਵੀਆਂ ਤਕਨੀਕਾਂ ਨਾਲ ਖੇਤੀ ਹੋਵੇ ਤੇ ਸਾਡਾ ਕਿਸਾਨ ਖੁਦਕੁਸ਼ੀਆਂ ਜਾਂ ਕਰਜ਼ੇ ਤੋਂ ਬਚਿਆ ਰਹੇ। ਮੈਨੂੰ ਦੱਸ ਦਿਓ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਆਯਾਦੀ ਮੀ ਆਯਾਦੀ ਦੀ 75ਵੀਂ ਬਰੇ ਗੰਢ ਤੇ ਅਸੀਂ ਪੰਜਾਬ ਦੇ ਵਿੱਚ 75 ਮਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਬਣਨਗੇ ਤਾਂ ਹਜ਼ਾਰਾਂ ਦੀ ਗਿਣਤੀ ਚ ਪਰ ਕਿਉਂਕਿ 75ਵੀਂ ਵਰੇਗੰਡਾ ਹੈ ਤਾਂ 75 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਊਗੀ ਲਗਾਤਾਰ ਕਮ ਹੋ ਰਿਹਾ ਹੈ ਵਿਸ਼ਵ ਪੱਧਰ ਦੀ ਸਿੱਖਿਆ ਜਿਹੜੀ ਹੈ ਉਹ ਸਾਡੇ ਪੰਜਾਬ ਦੇ ਵਿੱਚ ਮਿਲੇ ਡਿਗਰੀਆਂ ਮੁਤਾਬਕ ਇੱਥੇ ਹੀ ਸਾਨੂੰ ਨੌਕਰੀਆਂ ਮਿਲਣ ਤਾਂ ਸਾਨੂੰ ਆਪਣਾ ਕੁਰਬਾਨੀਆਂ ਨਾਲ ਮਿਲਿਆ ਹੋਇਆ ਦੇਸ਼ ਜਿਹੜਾ ਉਹ ਛੱਡ ਕੇ ਜਾਣਾ ਨਾ ਪਵੇ ਆਖਿਰ ਦੇ ਵਿੱਚ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਸ਼ਹੀਦਾਂ ਦੇ ਦੱਸੇ ਹੋਏ ਰਾਹ ਤੇ ਚੱਲਦੇ ਹੋਏ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਚੜ ਚੜ ਕੇ ਯੋਗਦਾਨ ਪਾਈਏ ਤਾਂ ਕਿ ਅਸੀਂ ਆਪਣੇ ਸੂਬੇ ਨੂੰ ਪ੍ਰਾਤਨ ਸ਼ਾਨ ਦੀ ਉਹਨਾਂ ਦੀ ਬਹਾਲ ਕਰੀਏ ਤੇ ਮਾਣ ਨਾਲ ਦੁਬਾਰਾ ਸਾਡੇ ਪੰਜਾਬ ਨੂੰ ਹੱਸਦਾ ਖੇਡਦਾ ਗਿੱਦੇ ਪੰਗੜੇ ਕੁਸ਼ਤੀਆਂ ਕਬੱਡੀਆਂ ਖੇਡਦਾ ਪੰਜਾਬ ਬਣਾਈਏ ਸੱਚੀ ਮੁੱਚੀ ਰੰਗਲਾ ਪੰਜਾਬ ਬਣਾਈਏ ਇਨਕਲਾਬ ਜ਼ਿੰਦਾਬਾਦ